ਤੁਹਾਡੇ ਘਰ ਦੀਆਂ ਪਾਈਪਾਂ ਦੇ ਵਿੱਚ ਪਾਣੀ ਆਉਂਦਾ ਹੋਵੇਗਾ, ਪਰ ਕਰਨਾਟਕਾ ਦੇ ਵਿੱਚ ਤਾਂ ਆਉਂਦੇ ਨੇ ਨੋਟ। ਪਰਨਾਲੇ ਵਾਲੀ ਪਾਈਪ ਚੋਂ ਨਿਕਲੇ 13 ਲੱਖ ਰੁਪਏ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ RMB ਟੈਲੀਵਿਜ਼ਨ ਦੇ ਨਾਲ ਅਤੇ ਮੈਂ ਪਰਮੀਤ ਸਿੰਘ। ਤੁਸੀਂ ਆਪਣੀ ਸਕਰੀਨ ਦੇ ਉੱਪਰ ਇੱਕ ਵੀਡੀਓ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਇੱਕ ਇਨਸਾਨ ਦੇ ਵੱਲੋਂ ਇੱਕ ਪ੍ਰਣਾਲੇ ਵਾਲੀ ਪਾਈਪ ਨੂੰ ਵੱਢਿਆ ਜਾ ਰਿਹਾ ਹੈ ਅਤੇ ਇਸ ਪਾਈਪ ਦੇ ਵਿੱਚੋਂ ਲਗਾਤਾਰ ਨੋਟਾਂ ਦੀਆਂ ਗੁੱਟੀਆਂ ਨਿਕਲ ਰਹੀਆਂ ਨੇ ਅਤੇ ਅਧਿਕਾਰੀਆਂ ਦੇ ਵੱਲੋਂ ਜਾਂ ਕੋਲੇ ਖੜ੍ਹੇ ਵਿਅਕਤੀਆਂ ਦੇ ਵੱਲੋਂ ਇਹਨਾਂ ਪੈਸਿਆਂ ਨੂੰ ਇੱਕ ਬਾਲਟੀ ਦੇ ਵਿੱਚ ਭਰਿਆ ਜਾ ਰਿਹਾ ਹੈ। ਤੁਸੀਂ ਸੋਚ ਰਹੇ ਹੋ ਕਿ ਇਸ ਪਾਈਪ ਦੇ ਵਿੱਚੋਂ ਇੰਨੇ ਪੈਸੇ ਕਿਵੇਂ ਨਿਕਲ ਰਹੇ ਨੇ। ਦੱਸ ਦਿੰਦੇ ਹਾਂ ਕਿ ਕਰਨਾਟਕਾ ਦੇ ਵਿੱਚ ਐਂਟੀ ਕਰੱਪਸ਼ਨ ਬਿਊਰੋ ਦੇ ਵੱਲੋਂ ਕੁਲਬਰਗੀ ਦੇ ਵਿੱਚ ਇੱਕ PWD ਦੇ ਜੂਨੀਅਰ ਇੰਜੀਨੀਅਰ ਦੇ ਘਰ ਆਮਦਨ ਤੋਂ ਜ਼ਿਆਦਾ ਸੰਪੱਤੀ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਛਾਪੇਮਾਰੀ ਦੇ ਵਿੱਚ 54 ਲੱਖ ਰੁਪਏ ਨਕਦ ਬਰਾਮਦ ਹੋਏ ਸੀ ਅਤੇ ਇਸ 54 ਲੱਖ ਦੇ ਵਿੱਚੋਂ 13 ਲੱਖ ਰੁਪਏ ਉਸ ਇੰਜੀਨੀਅਰ ਨੇ ਪ੍ਰਣਾਲੇ ਵਾਲੀ ਪਾਈਪ ਦੇ ਵਿੱਚ ਲੁਕੋ ਕੇ ਰੱਖੇ ਹੋਏ ਸੀ। ਅਤੇ ਤੁਸੀਂ ਇੱਕ ਵਾਰ ਫਿਰ ਦੇਖੋ ਪੂਰੀ ਵੀਡੀਓ ਜਿਹਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੂਰੀ ਪਾਈਪ ਦੇ ਵਿੱਚੋਂ ਲਗਾਤਾਰ ਪੈਸੇ ਦੀਆਂ ਗੁੱਟੀਆਂ ਨਿਕਲ ਰਹੀਆਂ ਨੇ ਅਤੇ ਅਧਿਕਾਰੀਆਂ ਦੇ ਵੱਲੋਂ ਇਹਨਾਂ ਪੂਰੇ ਪੈਸੇ ਨੂੰ ਇੱਕ ਬਾਲਟੀ ਦੇ ਵਿੱਚ ਭਰਿਆ ਜਾ ਰਿਹਾ ਹੈ। ਜਦੋਂ ਇਹ ਛਾਪੇਮਾਰੀ ਹੁੰਦੀ ਹੈ ਤਾਂ ਉਦੋਂ ਪਤਾ ਲੱਗਦਾ ਅਧਿਕਾਰੀਆਂ ਨੂੰ ਕਿ ਇੱਕ ਪਾਈਪ ਦੇ ਵਿੱਚ 13 ਲੱਖ ਰੁਪਏ ਤੋਂ ਵੱਧ ਦੇ ਜੋ ਨੋਟ ਨੇ ਲੁਕੋ ਕੇ ਰੱਖੇ ਗਏ ਨੇ। ਉਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਉੱਥੇ ਪਲੰਬਰ ਨੂੰ ਬੁਲਾਇਆ ਜਾਂਦਾ ਹੈ ਅਤੇ ਪਲੰਬਰ ਦੇ ਵੱਲੋਂ ਜਦੋਂ ਪਾਈਪ ਵੱਢੀ ਜਾਂਦੀ ਹੈ ਤਾਂ ਲਗਾਤਾਰ ਇੱਕ ਗੁੱਟੀ ਤੋਂ ਬਾਅਦ ਦੂਸਰੀ ਗੁੱਟੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ನೋಡಿ ನಾವು ನೋಡ್ರಿ ಒಂದೊಂದು ಸಿಗಬೇಕು ಪೇಪರ್ ಮೇಲೆ ಮೇಲೆ ਦੱਸ ਦਈਏ ਕਿ ਕਰਨਾਟਕਾ ਦੀ ਰਾਜਧਾਨੀ ਬੈਂਗਲੁਰੂ ਸਮੇਤ ਐਂਟੀ ਕਰੱਪਸ਼ਨ ਬਿਊਰੋ ਦੇ ਵੱਲੋਂ ਆਮਦਨ ਤੋਂ ਵੱਧ ਦੀ ਸੰਪੱਤੀ ਰੱਖਣ ਦੇ ਮਾਮਲਿਆਂ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਬੀਤੇ ਬੁੱਧਵਾਰ ਨੂੰ ਤਕਰੀਬਨ 60 ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਸੀ ਅਤੇ ਲਗਭਗ 400 ਅਧਿਕਾਰੀਆਂ ਦੇ ਵੱਲੋਂ ਬੈਂਗਲੁਰੂ, ਮੰਗਲੌਰ, ਮਾਂਡਿਆ ਅਤੇ ਬੈਲਰੀ ਦੇ ਵੱਖ ਵੱਖ ਵਿਭਾਗਾਂ ਦੇ 15 ਅਧਿਕਾਰੀਆਂ ਦੇ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਸੀ। ਇਸ ਛਾਪੇਮਾਰੀ ਦੇ ਵਿੱਚ ਸੋਨਾ, ਨਗਦੀ ਅਤੇ ਹੋਰ ਕਈ ਕੁਝ ਪ੍ਰਾਪਤ ਹੋਇਆ ਅਤੇ ਐਂਟੀ ਕਰੱਪਸ਼ਨ ਬਿਊਰੋ ਦੇ ਵੱਲੋਂ ਇਹ ਅਧਿਕਾਰੀਆਂ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਆਮਦਨ ਤੋਂ ਜ਼ਿਆਦਾ ਸੰਪੱਤੀ ਨੂੰ ਲੈ ਕੇ। ਅਤੇ ਇਸ ਪੂਰੇ ਜੋ ਛਾਪੇ ਦੇ ਵਿੱਚ ਇੱਕ ਵੀਡੀਓ ਸਭ ਤੋਂ ਵੱਧ ਚਰਚਿਤ ਹੋ ਰਹੀ ਹੈ ਜੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਪਹਿਲਾਂ ਵੇਖ ਚੁੱਕੇ, ਜਿਸ ਦੇ ਵਿੱਚ ਇੱਕ ਪਾਈਪ ਦੇ ਵਿੱਚੋਂ 13 ਲੱਖ ਰੁਪਏ ਨਿਕਲਦੇ ਨੇ। ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।